ਜੋ ਅਸੀਂ ਕਮਾਉਂਦੇ ਸੀ ਡੇਲੀ ਬੇਸ ਵਾਲੇ ਨੂੰ ਸ਼ਾਮ ਨੂੰ ਦੇ ਦਿੰਦੇ ਹਾਂ, ਸਾਡੇ ਕੋਲ ਪੈਸੇ ਨਹੀਂ ਬਚਦੇ। ਉਸ ਤੋਂ ਦੂਸਰੇ ਦਿਨ ਫਿਰ ਅਸੀਂ ਦੂਸਰੇ ਡੇਲੀ ਬੇਸ ਵਾਲੇ ਨੂੰ ਦੇਖਦੇ ਹਾਂ, ਕੁਛ ਸਬਜ਼ੀ ਵਿਕ ਜਾਂਦੀ, ਕੁਛ ਖਰਾਬ ਹੋ ਜਾਂਦੀ ਗਰਮੀ ਦੇ ਕਾਰਨ। ਅਸੀਂ ਬਹੁਤ ਪਰੇਸ਼ਾਨ ਹਾਂ, ਸਾਨੂੰ ਸਮਝ ਨਹੀਂ ਆ ਰਹੀ ਸੀ ਕੀ ਕਰੀਏ ਕੀ ਨਾ ਕਰੀਏ। ਬਹੁਤ ਅਸੀਂ ਇਸ ਟਾਈਮ ਮੁਸੀਬਤ ਦੇ ਮਾਰੇ ਹੋਏ ਹਾਂ, ਸਾਨੂੰ ਸਮਝ ਨਹੀਂ ਆ ਰਹੀ ਸੀ ਕੀ ਕਰੀਏ ਕਰੀਏ। ਮਜਬੂਰੀ ਹੈ, ਕੰਮ ਕਰਨਾ ਪੈਂਦਾ, ਤਾਂ ਹੀ ਆਪਣਾ ਘਰ ਦਾ ਗੁਜ਼ਾਰਾ ਹੁੰਦਾ। ਸਕੂਲ ਜਾਣ ਨੂੰ ਤਾਂ ਦਿਲ ਕਰਦਾ, ਪਰ ਸਬਜ਼ੀ ਵੇਚਾਂਗੇ ਤਾਂ ਹੀ ਘਰ ਦਾ ਗੁਜ਼ਾਰਾ ਹੋਊਗਾ। ਕਹਿੰਦੇ ਨੇ ਜਦੋਂ ਘਰ ਦਾ ਕਮਾਉਣ ਵਾਲਾ ਜੀ ਹੈ ਜਿਹੜਾ ਉਹ ਰੁਖਸਤ ਹੋ ਜਾਂਦਾ ਹੈ ਜਾਂ ਇਸ ਫਾਨੀ ਸੰਸਾਰ ਤੋਂ ਚਲਿਆ ਜਾਂਦਾ ਹੈ, ਅਤੇ ਜਿਹੜੇ ਘਰ ਦੀ ਹੈ ਪਰਿਵਾਰ ਦੀ ਹੈ ਜਿਹੜੀ ਇੱਕ ਤਰੀਕੇ ਦੇ ਨਾਲ ਕਮਰ ਟੁੱਟ ਜਾਂਦੀ ਹੈ, ਲੱਕ ਟੁੱਟ ਜਾਂਦਾ, ਚਾਹੇ ਉਹ ਆਰਥਿਕ ਪੱਧਰ 'ਤੇ ਹੋਵੇ ਜਾਂ ਫਿਰ ਪਰਿਵਾਰ ਦਾ ਹੋਵੇ। ਸੋ ਅੱਜ ਲੁਧਿਆਣਾ ਦੇ ਹੈਬੋਵਾਲ ਏਰੀਏ ਦੇ ਵਿੱਚ ਖੜ੍ਹੇ ਹਾਂ, ਜਿੱਥੇ ਤੁਹਾਨੂੰ ਇੱਕ ਪਰਿਵਾਰ ਦੇ ਨਾਲ ਰੂਬਰੂ ਕਰਾਵਾਂਗੇ ਜਿਹੜੇ ਆਪਣੀ ਤੰਗੀ ਦਾ ਸਮਾਂ ਮਾਂ ਪੁੱਤ ਹੰਢਾ ਰਹੇ ਨੇ। ਔਖਾ ਸਮਾਂ ਉਹਨਾਂ ਦੇ ਉੱਪਰ ਆਇਆ ਕਿਉਂਕਿ ਪਿਤਾ ਜੀ ਦਾ ਬੇਟੇ ਦੇ ਉੱਪਰੋਂ ਜਿਹੜਾ ਸਾਇਆ ਉਹ ਉੱਠ ਗਿਆ। ਉਸ ਤੋਂ ਬਾਅਦ ਫੈਸਲਾ ਕੀਤਾ ਕਿ ਅਸੀਂ ਜ਼ਿੰਦਗੀ ਦੀ ਜਿਹੜੀ ਜੰਗ ਹੈ ਉਹ ਲੜਾਂਗੇ। ਸੋ ਇਸ ਵੇਲੇ ਅਸੀਂ ਹੈਬੋਵਾਲ ਏਰੀਏ ਦੇ ਵਿੱਚ ਖੜ੍ਹੇ ਹਾਂ। ਸੋ ਦੇਖ ਸਕਦੇ ਹੋ ਇਹ ਮਾਂ ਪੁੱਤ ਨੇ ਸਾਡੇ ਨਾਲ ਮੌਜੂਦ, ਜਿਹੜੇ ਅੱਜ ਆਪਣੀ ਜਿਹੜੀ ਜੀਵਿਕਾ ਜਿਹੜਾ ਕੰਮਕਾਰ ਹੈਗਾ ਇਹਨਾਂ ਦਾ ਉਹ ਸਬਜ਼ੀ ਵੇਚ ਕੇ ਗੁਜ਼ਾਰਾ ਕਰ ਰਹੇ ਨੇ। ਸੋ ਘਰ ਦੀ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਦਾ ਕਿ ਦੇਖ ਸਕਦੇ ਹੋ ਇੱਕੋ ਹੀ ਕਮਰਾ ਇਹਨਾਂ ਕੋਲ। ਪਹਿਲੇ ਬੇਟੇ ਦੇ ਜਿਹੜੇ ਫਾਦਰ ਸਾਹਿਬ ਉਹਨਾਂ ਦੀ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਜੀ ਨਹੀਂ ਹੁੰਦਾ, ਘਰ ਦੇ ਵਿੱਚ ਗਰੀਬੀ ਭਰਿਆ ਜਿਹੜਾ ਮਾਹੌਲ ਆ ਉਹ ਬਣ ਜਾਂਦਾ, ਕਦੇ ਕਮਾਈ ਦਾ ਕੋਈ ਸਾਧਨ ਨਹੀਂ ਰਹਿ ਜਾਂਦਾ। ਉਸ ਤੋਂ ਬਾਅਦ ਫੈਸਲਾ ਕਰਦੇ ਨੇ ਕਿ ਕੁਛ ਕੀਤਾ ਜਾਵੇ ਕਿਉਂਕਿ ਰੋਟੀ ਲਈ ਜਿਹੜਾ ਕੰਮ ਹੈ ਉਹ ਕਰਨਾ ਵੀ ਜ਼ਰੂਰੀ ਹੈ। ਸੋ ਇਹ ਤਸਵੀਰਾਂ ਨੇ ਹੈਬੋਵਾਲ ਏਰੀਏ ਦੇ ਵਿੱਚ ਖੜ੍ਹੇ ਹਾਂ, ਜਿੱਥੇ ਘਰ ਦੇ ਵਿੱਚ ਇੱਕ ਮਾਂ ਪੁੱਤ ਰਹਿੰਦੇ ਨੇ, ਦੋਨੇ ਇਕੱਠੇ ਸਬਜ਼ੀ ਵੇਚਣ ਜਾਂਦੇ ਨੇ। ਅਕਸਰ ਤੁਸੀਂ ਬਾਜ਼ਾਰ ਦੇ ਵਿੱਚ ਵੀ ਦੇਖਿਆ ਹੋਵੇਗਾ ਕਿ ਮਾਂ ਪੁੱਤ ਜਿਹੜੇ ਨੇ ਸਬਜ਼ੀ ਵੇਚਦੇ ਹੋਏ ਨਜ਼ਰ ਆਉਂਦੇ ਨੇ। ਸੋ ਇਹਨਾਂ ਨਾਲ ਅੱਜ ਖਾਸ ਤੌਰ 'ਤੇ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਗੁਜ਼ਾਰਾ ਕਰ ਰਹੇ ਨੇ ਅਤੇ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦਾ ਹੌਸਲਾ ਵਧਾ ਰਹੇ ਨੇ। ਹਾਂਜੀ, ਕੀ ਨਾਮ ਹੈ ਜੀ, ਅਤੇ ਇਹ ਜਿਹੜਾ ਸਬਜ਼ੀ ਦਾ ਕੰਮ ਤੁਸੀਂ ਸ਼ੁਰੂ ਕੀਤਾ ਕਦੋਂ ਸ਼ੁਰੂ ਕੀਤਾ ਹੈ? ਜੀ, ਮੇਰਾ ਨਾਮ ਗੀਤਾ ਬਾਲਾ। ਅਸੀਂ ਸਬਜ਼ੀ ਦਾ ਕੰਮ ਸ਼ੁਰੂ ਕੀਤਾ ਸਰ ਜੀ, ਸਾਨੂੰ ਕੰਮ ਕੀਤੇ ਨੂੰ ਵੀ ਆ ਲੋਕਡਾਊਨ ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀ। ਸਾਡਾ ਕਮਾਉਣ ਵਾਲਾ ਕੋਈ ਨਹੀਂ, ਮੈਂ ਔਰ ਮੇਰਾ ਬੇਟਾ ਹੈ। ਅਤੇ ਕਿਸ ਤਰ੍ਹਾਂ ਜਾਂਦੇ ਹੋ ਤੁਸੀਂ ਦੋਨੇ, ਕਿਉਂਕਿ ਸਬਜ਼ੀ ਕਹਿੰਦੇ ਪਹਿਲੇ ਉੱਥੋਂ ਲੈਣੀ ਹੁੰਦੀ ਮੰਡੀ ਤੋਂ, ਬਾਅਦ ਫਿਰ ਉਸ ਤੋਂ ਬਾਅਦ ਇੰਨੇ ਕੁ ਪੈਸੇ ਹੁੰਦੇ ਨੇ ਤੁਹਾਡੇ ਕੋਲ? ਸਰ ਜੀ ਨਹੀਂ, ਅਸੀਂ ਵਿਆਜ 'ਤੇ ਪੈਸੇ ਚੱਕਦੇ ਹਾਂ ਡੇਲੀ ਬੇਸ 'ਤੇ, ਜੋ ਅਸੀਂ ਕਮਾਉਂਦੇ ਸੀ ਡੇਲੀ ਬੇਸ ਵਾਲੇ ਨੂੰ ਸ਼ਾਮ ਨੂੰ ਦੇ ਦਿੰਦੇ ਹਾਂ। ਸਾਡੇ ਕੋਲ ਪੈਸੇ ਨਹੀਂ ਬਚਦੇ। ਉਸ ਤੋਂ ਦੂਸਰੇ ਦਿਨ ਫਿਰ ਅਸੀਂ ਦੂਸਰੇ ਡੇਲੀ ਬੇਸ ਵਾਲੇ ਨੂੰ ਦੇਖਦੇ ਹਾਂ, ਕੁਛ ਸਬਜ਼ੀ ਵਿਕ ਜਾਂਦੀ, ਕੁਛ ਖਰਾਬ ਹੋ ਜਾਂਦੀ ਗਰਮੀ ਦੇ ਕਾਰਨ। ਅਸੀਂ ਬਹੁਤ ਪਰੇਸ਼ਾਨ ਹਾਂ, ਸਾਨੂੰ ਸਮਝ ਨਹੀਂ ਆ ਰਹੀ ਸੀ ਕੀ ਕਰੀਏ ਕੀ ਨਾ ਕਰੀਏ। ਗੁਜ਼ਾਰਾ ਕਿੱਦਾਂ ਚੱਲ ਰਿਹਾ ਘਰ ਦਾ? ਘਰ ਦਾ ਗੁਜ਼ਾਰਾ ਬਹੁਤ ਔਖਾ, ਸਾਡਾ ਬਹੁਤ ਮੁਸ਼ਕਿਲ ਹੋ ਰਹੀ ਹੈ ਸਾਨੂੰ। ਬਹੁਤ ਅਸੀਂ ਇਸ ਟਾਈਮ ਮੁਸੀਬਤ ਦੇ ਮਾਰੇ ਹੋਏ ਹਾਂ, ਸਾਨੂੰ ਸਮਝ ਨਹੀਂ ਆ ਰਹੀ ਅਸੀਂ ਕੀ ਕਰੀਏ। ਪੈਸੇ ਜੁੜ ਜਾਂਦੇ ਆ ਕਿ ਘਰ ਦਾ ਜਿਹੜਾ ਰਾਸ਼ਨ ਹੈ ਜਾਂ ਹੋਰ ਖਰਚੇ ਨੇ, ਮੁੱਢਲੀਆਂ ਜ਼ਰੂਰਤਾਂ ਹੈ ਇਨਸਾਨ ਦੀਆਂ, ਉਹ ਪੂਰੀਆਂ ਹੋ ਜਾਣ, ਇਸ ਤਰ੍ਹਾਂ ਪੈਸੇ ਜੁੜਦੇ ਨੇ? ਨਹੀਂ ਸਰ ਜੀ, ਪੈਸੇ ਨਹੀਂ ਜੁੜਦੇ। ਜੇ ਆਮਦਨ ਦੀ ਗੱਲ ਕੀਤੀ ਜਾਵੇ ਕਿੰਨੇ ਲਾ ਕੇ ਤੁਸੀਂ ਕਿੰਨੇ ਕੁ ਕਮਾ ਲੈਂਦੇ ਹੋ ਸ਼ਾਮ ਤੱਕ? ਸਰ ਜੀ, ਜੇ ਅਸੀਂ 2,000-3,000 ਦੀ ਸਬਜ਼ੀ ਲਿਆਉਂਦੇ ਹਾਂ, ਸਾਡਾ ਘੱਟ ਤੋਂ ਘੱਟ 1,200-1,300 ਰੁਪਏ ਅਸੀਂ ਵੜਦੇ ਹਾਂ। ਉਹਦੇ ਵਿੱਚ ਅਸੀਂ 400-500 ਰੁਪਏ ਡੇਲੀ ਬੇਸ ਵਾਲਿਆਂ ਨੂੰ ਦੇ ਦਿੰਦੇ ਹਾਂ, 600-700 ਰੁਪਏ ਬਚਦਾ, ਉਹਦੇ ਵਿੱਚ ਅਸੀਂ ਘਰ ਦਾ ਗੁਜ਼ਾਰਾ ਕਰਨਾ ਹੁੰਦਾ। ਦੂਸਰੇ ਦਿਨ ਸਬਜ਼ੀ ਵਾਸਤੇ ਪੈਸੇ ਨਹੀਂ ਹੁੰਦੇ ਸਾਡੇ ਕੋਲ। ਫਿਰ ਜੇ ਗੱਲ ਕੀਤੀ ਜਾਵੇ ਤਾਂ ਲੋਕ ਨੇ, ਲੋਕ ਸਪੋਰਟਿਵ ਨੇ ਤੁਹਾਡੇ ਨਾਲ, ਖੜ੍ਹਦੇ ਨੇ ਕਿ ਨਹੀਂ ਖੜ੍ਹਦੇ ਨੇ? ਕੌਣ ਸਰ ਜੀ, ਸਾਡੇ ਵਰਗੇ ਨੇ ਸਾਰੇ, ਕੌਣ ਖੜਾ ਹੋਊਗਾ ਸਾਡੇ ਨਾਲ? ਕਿਉਂਕਿ ਲੋਕਡਾਊਨ ਕਰੋਨਾ ਕਰਕੇ ਸਾਰਿਆਂ ਦਾ ਹੀ ਹਾਲ ਹੋਇਆ ਪਿਆ ਵਾ, ਕਿਹਨੂੰ ਅਸੀਂ ਕਹੀਏ, ਕੌਣ ਸਾਡੀ ਮਦਦ ਕਰੂਗਾ? ਅਤੇ ਇਹ ਛੋਟਾ ਜਿਹਾ ਬੱਚਾ, ਤੁਹਾਡਾ ਦਿਲ ਨਹੀਂ ਪਸੀਜਦਾ ਇੱਕ ਮਾਂ ਦੇ ਹੁੰਦਰੇ ਨਹੀਂ ਅੰਦਰੋਂ ਆਉਂਦੀਆਂ ਅੰਦਰਾਂ ਕਿ ਬੱਚਾ ਇੱਕ ਰੇੜੇ ਹੀ ਖਿੱਚੇਗਾ ਜਿਹੜਾ ਪੜ੍ਹਨ ਲਿਖਣ ਦੀ ਉਮਰ ਹੈ, ਜਦੋਂ ਬਾਕੀ ਬੱਚੇ ਆਪਦਾ ਜਿਹੜਾ ਬਚਪਨ ਹੈ ਇੱਕ ਯਾਦਗਾਰ ਹੁੰਦਾ, ਤੁਸੀਂ ਕਿਸ ਤਰ੍ਹਾਂ ਆਪਣੇ ਬੱਚੇ ਨੂੰ ਬਚਪਨ ਦੇ ਰਹੇ ਹੋ? ਸਰ ਜੀ, ਅਸੀਂ ਬਹੁਤ ਮਜਬੂਰ ਹਾਂ ਇਸ ਟਾਈਮ, ਬਹੁਤ ਜ਼ਿਆਦਾ। ਮੇਰਾ ਵੀ ਦਿਲ ਕਰਦਾ ਮੇਰਾ ਬੱਚਾ ਖੇਡੇ, ਮੇਰਾ ਬੱਚਾ ਟਾਈਮ ਨਾਲ ਸਕੂਲ ਜਾਵੇ, ਟਾਈਮ ਨਾਲ ਸਕੂਲ ਤੋਂ ਆਵੇ, ਔਰ ਮੈਨੂੰ ਵੀ ਕੋਈ ਅੱਛਾ ਕੰਮ ਮਿਲ ਜਾਵੇ, ਮੈਂ ਅੱਛਾ ਕੰਮ ਕਰਾਂ। ਮੇਰਾ ਮਨ ਬਹੁਤ ਫਟਦਾ ਜਦ ਮੈਂ ਸੁੱਤੇ ਨੂੰ ਸਵੇਰੇ ਜਗਾਨੀ ਆ, ਸ਼ਾਂਤ ਉੱਠ ਬੇਟਾ, ਰੇੜੇ ਲਗਾ ਦਿੰਦਾ, ਉੱਠ ਜਾਂਦਾ ਜੋ ਤੁਸੀਂ ਬਾਜ ਲਾਉਂਦੇ ਹੋ? ਹਾਂਜੀ, ਮੈਂ ਇੱਕ ਵਾਜ ਦਿੰਦੀ, ਮੇਰਾ ਬੇਟਾ ਉੱਠ ਜਾਂਦਾ। ਤੇ ਜੇ ਗੱਲ ਕੀਤੀ ਜਾਵੇ ਹੋਰ ਪਰਿਵਾਰਿਕ ਮੈਂਬਰਾਂ ਦੀ ਜਾਂ ਰਿਸ਼ਤੇਦਾਰਾਂ ਦੀ, ਉਹ ਇਸ ਵੇਲੇ ਕਿੱਥੇ ਨੇ?
ਪਰਿਵਾਰਿਕ ਮੈਂਬਰਾਂ ਵਿੱਚੋਂ ਤਾਂ ਐਕਚੁਅਲੀ ਮੇਰੇ ਤਿੰਨ ਬ੍ਰਦਰ ਸੀ, ਤਿੰਨਾਂ ਦੀ ਡੈਥ ਹੋ ਗਈ ਆ। ਦੋ ਮੇਰੀਆਂ ਵਿਧਵਾ ਭਾਬੀਆਂ ਨੇ, ਉਹਨਾਂ ਦੇ ਆਪਣੇ ਚਾਰ ਬੱਚੇ ਨੇ, ਉਹ ਆਪਣਾ ਮੁਸ਼ਕਿਲ ਗੁਜ਼ਾਰਾ ਕਰ ਰਹੀਆਂ। ਮੈਨੂੰ ਕੀ ਦੇਣਗੀਆਂ, ਨਾ ਮੈਂ ਉਹਨਾਂ ਨੂੰ ਕਦੀ ਕਿਹਾ ਆਈ ਆ, ਕਿਉਂਕਿ ਉਹ ਮੇਰੇ ਤੋਂ ਵੀ ਗਏ ਗੁਜ਼ਰੇ ਨੇ। ਔਰ ਸਹੁਰੇ ਪਰਿਵਾਰ ਵਿੱਚੋਂ ਇੱਕ ਮੇਰੀ ਨਣਦ, ਇੱਕ ਮੇਰਾ ਦੇਵਰ ਆ। ਦੇਵਰ ਜਿਹਨੂੰ ਬੱਚੇ ਨੂੰ ਤੁਸੀਂ ਲੈ ਕੇ ਜਾਂਦੇ ਹੋ, ਇਹਦੀ ਉਮਰ ਕਿੰਨੀ ਹੈਗੀ ਆ ਇਸ ਵੇਲੇ? ਇਹਦੀ ਏਜ ਪੜ੍ਹਨ ਦੀ ਉਮਰ ਹੈ? ਹਾਂਜੀ, ਇਹਦੀ ਏਜ ਇਹਨੂੰ 12ਵਾਂ ਸਾਲ ਲੱਗਾ। ਪੜ੍ਹਦਾ ਹੈ ਕਿਤੇ? ਇਹ ਨਿਊ ਜੀਐਮਟੀ ਸਕੂਲ ਵਿੱਚ ਪੜ੍ਹ ਰਿਹਾ। ਤੇ ਉੱਥੇ ਫੀਸ ਵਗੈਰਾ ਭਰਦੇ ਹੋ ਰੈਗੂਲਰ? ਨਹੀਂ, ਮੇਰੇ ਕੋਲ ਫੀਸ ਨਹੀਂ ਦਿੱਤੀ ਗਈ। ਜਦੋਂ 5th ਕਲਾਸ ਦੇ ਦਾ ਰਿਜ਼ਲਟ ਆਇਆ ਸੀ, ਉਸ ਟਾਈਮ ਮੇਰਾ ਬੈਲੈਂਸ ਖੜਾ ਆ 50 ਰੁਪਏ ਘੱਟ 10,000 ਰੁਪਇਆ ਉਹਨਾਂ ਨੇ ਬੈਲੈਂਸ ਬਣਾਇਆ ਹੋਇਆ ਵਾ। ਉਹ ਕੀ ਕਹਿੰਦੇ, ਪਹਿਲਾਂ ਫੀਸ ਪੇ ਕਰੋ? ਉਹ ਕਹਿੰਦੇ ਕਿ ਪਹਿਲਾਂ ਫੀਸ ਪੇ ਕਰੋ, ਫਿਰ ਅੱਗੇ ਤੋਂ ਇਹਨੂੰ ਜਿੱਦਾਂ ਪੇਪਰਾਂ ਦੇ ਵਿੱਚ ਗੌਰ ਦੀ ਕੋਈ ਨਹੀਂ, ਤਾਂ ਇਗਨੋਰ ਕਰ ਦੇਣਗੇ ਬੱਚੇ ਨੂੰ। ਇਸ਼ਾਨ ਵੀ ਸਾਡੇ ਨਾਲ ਮੌਜੂਦ ਆ, ਉਹਦੇ ਨਾਲ ਵੀ ਗੱਲ ਕਰਾਂਗੇ। ਇਸ਼ਾਨ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਦੋਂ ਕੋਈ ਬੰਦਾ ਗਲੀ ਦੇ ਵਿੱਚ ਜਾਂਦਾ ਹੈ, ਬੱਚੇ ਖੇਡਦੇ ਨਜ਼ਰ ਆਉਂਦੇ ਨੇ, ਕੋਈ ਸਾਈਕਲ 'ਤੇ ਜਾ ਰਿਹਾ, ਕੋਈ ਕ੍ਰਿਕਟ ਖੇਡ ਰਿਹਾ, ਅਤੇ ਤੁਸੀਂ ਸਬਜ਼ੀ ਵੇਚਦੇ ਹੋ, ਕਦੇ ਮਨ ਦੇ ਵਿੱਚ ਆਉਂਦਾ ਨਹੀਂ ਯਾਰ ਮੈਂ ਵੀ ਇਹ ਬੱਚਿਆਂ ਵਰਗਾ ਹੁੰਦਾ? ਮਨ 'ਚ ਆਉਂਦਾ, ਪਰ ਕੀ ਕਰੀਏ, ਮਜਬੂਰੀ ਹੈ, ਕੰਮ ਕਰਨਾ ਪੈਂਦਾ, ਤਾਂ ਹੀ ਆਪਣਾ ਘਰ ਦਾ ਗੁਜ਼ਾਰਾ ਹੁੰਦਾ। ਰੇਹੜੀ ਖਿੱਚੀ ਜਾਂਦੀ ਹੈ? ਨਹੀਂ, ਮੈਂ ਖਿੱਚ ਸਕਦਾ, ਉਹਨੇ ਖਿੱਚਣਾ, ਬਾਕੀ ਮੰਮਾ ਮੇਰੇ ਤੱਕਾ ਲਗਾਉਂਦੇ ਪਿੱਛੇ। ਅਤੇ ਦੋਨੇ ਜਾਣੇ ਤੁਸੀਂ ਰੇਹੜੀ 'ਤੇ ਪਿਆਜ਼ ਵੇਚਦੇ ਹੋ, ਸਬਜ਼ੀ ਵੇਚਦੇ ਹੋ? ਹਾਂਜੀ। ਅਤੇ ਬਾਕੀ ਬੱਚਿਆਂ ਨੇ ਕਦੇ ਕਿਹਾ ਨਹੀਂ ਤੁਹਾਨੂੰ ਕਿ ਅੱਜ ਰਹਿਣ ਦੇ, ਸਾਡੇ ਨਾਲ ਖੇਡ ਲਾ? ਫਿਰ ਉਹਨਾਂ ਨੂੰ ਕੀ ਜਵਾਬ ਦਿੰਦੇ ਹੋ? ਮੈਂ ਇਹੀ ਗੱਲ ਕਹਿ ਦਿੰਦਾ ਕਿ ਅੱਜ ਜਲਦੀ ਆ ਜਾ ਕਰਾਂਗੇ, ਫਿਰ ਖੇਡਾਂਗੇ ਆਪਾਂ। ਅਤੇ ਕਿੰਨੇ ਵਜੇ ਸਵੇਰੇ ਨਿਕਲਦੇ ਹੋ ਅਤੇ ਕਿੰਨੇ ਵਜੇ ਘਰ ਪਰਤਦੇ ਹੋ ਵਾਪਸ ਸ਼ਾਮ ਨੂੰ? ਸਵੇਰੇ ਆਪਾਂ ਚਲ ਜਾਂਦੇ ਹਾਂ 8 ਵਜੇ ਤੋਂ ਪਹਿਲਾਂ ਚਲ ਜਾਂਦੇ, 7:30 ਤੱਕ ਆਪਾਂ ਚਲ ਜਾਂਦੇ ਹਾਂ। ਅਤੇ ਉਹ ਟਾਈਮ ਤਾਂ ਹੁਣ ਸਕੂਲ ਖੁੱਲ੍ਹ ਗਏ ਆ, ਅਤੇ ਸਕੂਲ ਨਹੀਂ ਜਾਣਾ ਫਿਰ? ਸਕੂਲ ਜਾਣ ਨੂੰ ਤਾਂ ਦਿਲ ਕਰਦਾ, ਪਰ ਸਬਜ਼ੀ ਵੇਚਾਂਗੇ ਤਾਂ ਹੀ ਘਰ ਦਾ ਗੁਜ਼ਾਰਾ ਹੋਊਗਾ। ਕੋਈ ਗੇਮ ਕੋਈ ਮਨ ਦੇ ਵਿੱਚ ਆਉਂਦਾ ਨਹੀਂ ਕਿ ਯਾਰ, ਬਾਕੀ ਜਦੋਂ ਬੱਚੇ ਖੇਡਦੇ ਨੇ ਗੇਮਾਂ, ਕੋਈ ਕਹਿੰਦਾ ਮੈਂ ਇਹ ਗੇਮ ਖੇਡ ਰਿਹਾ, ਇਹ ਗੇਮ ਖੇਡ ਰਿਹਾ, ਅਤੇ ਕਦੇ ਆਇਆ ਨਹੀਂ ਗਾ ਕਿ ਯਾਰ ਮੈਂ ਵੀ ਗੇਮ ਖੇਡਣਾ ਚਾਹੁੰਦਾ ਅਤੇ ਮੈਂ ਇੱਧਰ ਸਬਜ਼ੀ ਵੇਚਦਾ ਫਿਰਦਾ ਪਿਆ? ਆਉਂਦਾ, ਪਰ ਕੀ ਕਰੀਏ, ਘਰ ਦਾ ਹਾਲਾਤ ਇਹੋ ਜਿਹੇ ਆ। ਅਤੇ ਫੀਸ ਵਗੈਰਾ ਸਕੂਲ ਦੀ ਉਹ ਰੈਗੂਲਰ ਚੱਲ ਰਹੀ ਹੈ ਕਿ ਨਹੀਂ? ਨਹੀਂ, ਫੀਸ ਨਹੀਂ ਰੈਗੂਲਰ ਦਿੱਤੀ ਯਾਰ। ਨਹੀਂ, ਪੜ੍ਹਨਾ ਚਾਹੁੰਦੇ ਹੋ? ਹਾਂਜੀ। ਅਤੇ ਕਿੰਨੇ ਵਜੇ ਸ਼ਾਮ ਨੂੰ ਘਰ ਪਰਤਦੇ ਹੋ ਸਬਜ਼ੀ ਵੇਚ ਕੇ? ਸਾਨੂੰ ਵੱਜ ਜਾਂਦੇ ਆ 8:30 ਨੂੰ। ਸੋ ਇਹ ਮਾਂ ਪੁੱਤ ਨੇ ਜਿਹੜੇ ਦੁੱਖਾਂ ਦੇ ਵਿੱਚ ਆਪਣਾ ਜੀਵਨ ਜਿਹੜਾ ਹੰਢਾ ਰਹੇ ਨੇ। ਪਿਤਾ ਜੀ ਦੀ ਡੈਥ ਹੋ ਗਈ ਸ਼ਾਨ ਦੇ, ਇਹਨਾਂ ਦੇ ਸਿਰ ਤੋਂ ਜਿਹੜਾ ਸਾਇਆ ਘਰ ਵਾਲੇ ਦਾ ਉੱਠ ਗਿਆ। ਉਸ ਤੋਂ ਬਾਅਦ ਕਮਾਉਣ ਵਾਲਾ ਜਦੋਂ ਘਰ ਦੇ ਵਿੱਚ ਜੀ ਨਹੀਂ ਸੀਗਾ, ਤਾਂ ਸਮਝ ਸਕਦੇ ਹਾਂ ਕਿ ਕਿੱਦਾਂ ਦੇ ਹਾਲਾਤ ਪੈਦਾ ਹੋ ਜਾਂਦੇ ਨੇ ਜਦੋਂ ਘਰ ਦਾ ਕਮਾਉਣ ਵਾਲਾ ਜੀ ਚਲਿਆ ਜਾਂਦਾ ਹੈ। ਅਤੇ ਦੂਜੇ ਪਾਸੇ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਦੋਨੇ ਇੱਕ ਦੂਜੇ ਦਾ ਹੌਸਲਾ ਵਧਾ ਕੇ ਸਬਜ਼ੀ ਵੇਚ ਕੇ ਗੁਜ਼ਾਰਾ ਕਰਦੇ ਨੇ, ਅਤੇ ਨਾਲ ਦੀ ਨਾਲ ਹੋਰਾਂ ਨੂੰ ਵੀ ਕਹਿੰਦੇ ਨੇ ਕਿ ਜਿਹੜੀ ਇਹ ਮੋਟੀਵੇਸ਼ਨ ਹੈ, ਜਿਹੜੀ ਇੱਕ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਮੋਟੀਵੇਸ਼ਨ ਹੈ ਕਿ ਜਿਹੜੇ ਕਹਿੰਦੇ ਨੇ ਕਿ ਯਾਰ ਸਮੇਂ ਦੇ ਜਿਹੜੇ ਹਾਲਾਤ ਸੀਗੇ ਇੰਨੇ ਕੁ ਬੱਤਰ ਹੋ ਗਏ, ਅਸੀਂ ਇਹ ਕਰਨਾ ਚਾਹੁੰਦੇ ਸੀ ਇਹ ਕਰ ਨਹੀਂ ਪਾਏ, ਤਾਂ ਇੱਕ ਵਾਰ ਇਹ ਤਸਵੀਰਾਂ ਜ਼ਰੂਰ ਦੇਖ ਲੈਣ, ਕਿਉਂਕਿ ਸਮਾਂ ਜਿਸ ਤਰ੍ਹਾਂ ਦਾ ਵੀ ਮਰਜ਼ੀ ਹੋਵੇ ਇੱਕ ਦਿਨ ਬਦਲਦਾ ਜ਼ਰੂਰ ਹੈ। ਜੇ ਅੱਜ ਦਿਨ ਹੈ ਅਤੇ ਕੱਲ੍ਹ ਰਾਤ ਹੈ, ਜੇ ਅੱਜ ਰਾਤ ਹੈ ਅਤੇ ਕੱਲ੍ਹ ਦਿਨ ਵੀ ਜ਼ਰੂਰ ਚੜ੍ਹੇਗਾ। ਕੈਮਰਾ ਪਰਸਨ ਬੋਬੀ ਦੇ ਨਾਲ ਵਰੁਣ ਸੱਗੜ, ਦੈਨਿਕ ਸਵੇਰਾ ਟੀਵੀ, ਲੁਧਿਆਣਾ। ਅੱਜ ਪੰਜਾਬ ਦਾ ਨੌਜਵਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ, ਪਰ ਨੌਕਰੀ ਕੀ ਦੇਣੀ ਸੀ, ਆਪਣੇ ਹੀ ਮੰਤਰੀਆਂ ਦੇ ਬੱਚਿਆਂ ਨੂੰ ਨੌਕਰੀ ਦੇ ਦਿੱਤੀ। 10 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਸੀ, ਤਕਰੀਬਨ ਅਸੀਂ ਉਦੋਂ 2,37,000 ਸਰਕਾਰੀ ਨੌਕਰੀਆਂ ਦਿੱਤੀਆਂ ਸੀ, ਅਤੇ ਕਈ ਲੱਖ ਅਸੀਂ ਪ੍ਰਾਈਵੇਟ ਸੈਕਟਰ 'ਚ ਅਸੀਂ ਇਨਵੈਸਟਮੈਂਟ ਲੈ ਕੇ ਆਏ ਸੀ, ਜਿਹਦੇ ਨਾਲ ਨੌਕਰੀਆਂ ਬਣੀਆਂ। ਮੈਂ ਵਾਅਦਾ ਕਰਦਾ ਸਾਰੇ ਨੌਜਵਾਨਾਂ ਨੂੰ ਕਿ ਅਗਲੇ 5 ਸਾਲ ਘੱਟ ਤੋਂ ਘੱਟ ਅਸੀਂ 1,00,000 ਸਰਕਾਰੀ ਨੌਕਰੀ ਜ਼ਰੂਰ ਦੇਵਾਂਗੇ। ਇਨਵੈਸਟਮੈਂਟ ਪੰਜਾਬ 'ਚ ਲਿਆਉਣੀ ਮੇਰੀ ਪ੍ਰਾਇਰਟੀ ਹੋਊਗੀ, ਇੱਥੇ ਇਨਵੈਸਟਮੈਂਟ ਵੀ ਲੈ ਕੇ ਆਵਾਂਗੇ, ਇਨਫਰਾਸਟ੍ਰਕਚਰ ਵੀ ਬਣਾਵਾਂਗੇ, ਇੱਥੇ ਹਾਲਾਤ ਇਹੋ ਜਿਹੀ ਬਣਾ ਦਾਂਗੇ ਕਿ ਲੋਕ ਇੱਥੇ ਆ ਕੇ ਵਪਾਰ ਵੀ ਕਰਨ, ਜਿਹਦੇ ਨਾਲ ਘੱਟ ਤੋਂ ਘੱਟ 10,00,000 ਨੌਜਵਾਨ ਪ੍ਰਾਈਵੇਟ ਸੈਕਟਰ 'ਚ ਨੌਕਰੀ ਲੈ ਸਕਣ। ਆਹ ਵਾਅਦਾ ਮੇਰਾ ਅਤੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਸਾਰੇ ਨੌਜਵਾਨਾਂ ਨਾਲ ਹੈ।
अलीशा बेगम, एक औरत का दुख एक औरत ही समझ सकती है। रूहानी ते काली शक्तियां दी मालकन, दुनिया दा सब तो चमत्कारी इल्म मेरे कोल है, मेरे कीते नू कोई कट नहीं सकदा। काला इल्म करना अते तोड़ना हर एक दे बस दी गल नहीं। परेशानी जिवें लव मैरिज, पति पत्नी च झगड़ा, सौतन दुश्मन तो छुटकारा, तलाक केस, बुरे सपने, विदेश यात्रा, बुरी संगत जां नशा छुड़ाना, बीमारी च दवा ना लगना, वशीकरण एक सच्चाई है। वशीकरण करवाओ, मन चाह प्यार पाओ। की तुहाडी किस्मत च लॉटरी दा योग है जां नहीं, सच्चाई जानो। लॉटरी नंबर पाओ भावें 649 होवे जां लोटो मैक्स, 11 घंटे च करवाओ हर परेशानी दा हल घर बैठे। अष्टाम पेपर ते लिख के लवो कम दी गारंटी, जा कहने तो बाहर है तुरंत संपर्क करो, तुहाडी हर गल गुप्त रखी जाएगी। अलीशा बेगम।